ਆ ਜਾ ਇਹ ਚੱਲਦਾ ਬਰਸੀਨ ਨੂੰ ਪਾਣੀ ਹਾਂ ਖੱਡਾਂ ਪੈ ਗਈਆਂ ਆਲੂ ਉੱਥੇ ਇਹ ਬੱਟ ਇੱਥੋਂ ਪਤਲੀ ਆ ਪਤਲੀ ਕਰਕੇ ਖੱਡਾਂ ਹੁੰਦੀਆਂ ਨੇ ਇਹ ਮੜੀਆਂ ਮੜੀਆਂ ਬਰੀਕ ਬਰੀਕ ਆਲੂ ਹੁਣ ਬੇਲ ਆਲੂ ਆਪਣੇ ਇਹ ਕਿੰਨੇ ਦਿਨਾਂ ਦੇ ਨੇ ਆਲੂ ਇਹ 80 ਦੇ ਇਹ ਹੈਗੇ 80 ਦਿਨਾਂ ਦੇ ਅੱਜ ਆਪਾਂ ਇਹਨਾਂ ਦੇ ਬੇਲਾਂ ਰੋਕਣ ਵਾਲੀ ਸਪਰੇਅ ਕਰਨੀ ਹੈ 0050 ਚਮਤਕਾਰ ਬੇਲਾਂ ਰੋਕਣ ਵਾਲੀ 0050 0050 ਚਮਤਕਾਰ ਬੇਲ ਤਾਂ ਵਧੀਆ ਬਣੀ ਵੀ ਆ ਚਮਤਕਾਰ ਇਹ ਤੇ ਇੱਕ ਉੱਲੀ ਵਾਲੀ ਆ M8 ਆ ਊਂ ਤਾਂ ਹੈਗੇ ਸਾਰੇ ਆਲੂ ਵਧੀਆ ਨੇ ਬੇਲ ਬੂਲ ਵਧੀਆ ਬਣੀ ਵੀ ਆਲੂਆਂ ਦੀ ਤੇ ਆ ਕੋਰੇ ਨੇ ਜ਼ਰੂਰ ਖਰਾਬ ਜੇ ਕਰਤੇ ਹੈ ਨਾ ਕੋਰੇ ਨਾਲ ਖਰਾਬ ਜੇ ਤਾਂ ਹੋ ਗਏ ਹਾਂ ਜਿਵੇਂ ਕੋਰੇ ਨਾਲ ਆਹ ਪੱਤੇ ਜੇ ਸੁੰਗੜ ਕੇ ਵੱਧ ਸੁੱਕ ਚੱਲੇ ਆਹ ਜਿਵੇਂ ਆਹ ਆਦੇ ਆਹ ਸੁੱਕ ਜੇ ਚੱਲੇ ਕਾਲੇ ਜੇ ਹੋ ਚੱਲੇ ਹੈ ਨਾ ਆਲੂ ਤਾਂ ਵਧੀਆ ਨੇ ਆਹ ਤੇ ਆਹ ਰਗੜੇ ਪਏ ਨੇ ਸਾਰੇ ਇਹ ਕੋਰਾ ਕਰ ਦਿੰਦਾ ਹਜੇ ਆਹ ਬਰਸੀਨ ਹੈਗਾ ਇਹਨੂੰ ਚੱਲ ਪਾਣੀ ਪੂਣੀ ਲੱਗ ਗਿਆ ਦੀ ਬੱਚਤ ਰਹੇਗੀ ਆਲੂ ਆਹ ਦੇ ਆਹ ਜਮਾਂ ਰਗੜੀ ਪਈ ਆ ਬੇਲ ਆਹ ਚੱਲ ਹਜੇ ਵੀ ਠੀਕ ਆ ਆਹ ਆਹ ਚੀਜ਼ ਤਾਂ ਹਰੀ ਆ ਪੱਤੇ ਤਾਂ ਮੱਚ ਗਏ ਇਹ ਬਣਿਆ ਪਿਆ ਹੋਊ ਆਲੂ ਤਾਂ ਇੱਧਰ ਤਾਂ ਪਾਣੀ ਜਗ ਵੱਧ ਲੱਭ ਗਿਆ ਪਾਣੀ ਵੱਧ ਲੱਗਿਆ ਕਰਕੇ ਆਹ ਦੇ ਆਹ ਕਿੰਨੀ ਵਧੀਆ ਬੇਲ ਆ ਇੱਧਰ ਆਹ ਦੂਜੇ ਕਿੱਲੇ 'ਚ ਹਨਾ 80 ਦਿਨਾਂ ਦੇ ਆਲੂ ਆ ਇਹ ਕਿੰਨੇ ਦਿਨਾਂ ਦੇ 80 ਦਿਨਾਂ ਦੇ ਪੱਟ ਕੇ ਆਹ ਪੱਟ ਕੇ ਦਿਖਾਈ ਮਾੜਾ ਜਿਹਾ ਇਹ ਹੈਗੇ 80 ਦਿਨਾਂ ਦੇ ਆਲੂ ਹਨਾ ਹਾਂ ਹਾਂ ਵਧੀਆ ਨੇ ਠੀਕ ਆ ਆਹ ਆਹ ਦੇ ਗੱਡੇ ਗੱਡੇ ਨੇ ਆਲੂ ਦੇਖ ਬਾਹਰ ਤਾਂ ਗੱਡੇ ਗੱਡੇ ਆਏ ਪਏ ਨੇ ਆਲੂ ਆਹ ਇਹ ਆਲੂ ਆ ਵਧੀਆ 80 ਦਿਨਾਂ ਦੇ ਡਾਇਮੰਡ ਇਹ ਕਿਹੜਾ ਬੀ ਕਿਹੜਾ ਡਾਇਮੰਡ ਡਾਇਮੰਡ ਫਿਰ ਵੀ ਵਧੀਆ ਹੈਗਾ ਅਸੀਂ ਹਜੇ ਤਾਂ ਹੋਰ ਵੀ ਹੋਣਗੇ ਥੱਲੇ ਇੱਕੀ ਬੇਲ ਪੱਟੀ ਆਪਾਂ ਆ ਵਿੱਚ ਗੁੱਲੀ ਡੰਡਾ ਹਨਾ ਥੋੜਾ ਥੋੜਾ ਜਿਹਾ ਗੁੱਲੀ ਡੰਡਾ ਉਦੋਂ ਸਪਰੇ ਚੱਲ ਇਹ ਤਾਂ ਇੱਕ ਗੱਲ ਹੋਰ ਵੀ ਆ ਕੋਰੇ ਤੋਂ ਤਾਂ ਬੱਚਤ ਹੋਈ ਜੇ ਉੱਪਰ ਵੀ ਹੈਗਾ ਬੇਲਾਂ ਦੇ ਮਾੜਾ ਮੋਟਾ ਬੱਚਤ ਤਾਂ ਹੋਈ ਕਿਸੇ ਕਿਸੇ ਬੇਲਾਂ ਦੀ ਤਾਂ ਆਪਣੇ ਮਤਲਬ ਇੱਕ ਬੇਲ ਪੱਟੀ ਆਪਾਂ ਆਹ ਬੇਲ ਹਾਂ ਇਹਦੇ ਵਿੱਚ ਮਤਲਬ ਕਿੰਨੇ ਨੇ ਤਿੰਨ ਤੇ ਤਿੰਨ ਛੇ ਪੰਜ ਛੇ ਸੱਤ ਸੱਤ ਆਲੂ ਹੋ ਗਏ ਅੱਠ ਆਲੂ ਨੇ ਅਤੇ ਅੱਠ ਆਲੂ ਹੋ ਗਏ ਠੀਕ ਆ ਵਧੀਆ ਬਹੁਤ ਆ ਜਿਵੇਂ ਆਹ ਆ ਗਿਆ ਛੋਟੇ ਆਹ ਆਹ ਗੋਲੀ ਬਣ ਜੂ ਇਹਨਾਂ ਦੀ ਗੋਲੀ ਇਹ ਗਾਹਾਂ ਵਾਸਤੇ ਵੀ ਬਣ ਗਿਆ ਹਨਾ ਆਹ ਬੀ ਸਾਈਜ਼ ਆ ਗਿਆ ਹਾਂ ਨਾ ਉਹ ਜਿਹੜਾ ਹਾਂ ਆਹ ਦੋਨੇ ਬੀ ਵਾਲੇ ਹਾਂ ਇਹ ਬੀ ਵਾਲੇ ਆਲੂ ਆ ਇਹ ਰਸਨਾ ਵਧੀਆ ਨੇ ਆਲੂ ਵਧੀਆ ਖੜੇ ਆ ਸਾਰੇ ਬਸ ਦੱਬਦੇ ਹੁਣ ਤਾਂ ਬਸ ਵਿੱਚ ਹੀ ਦੱਬ ਦਿੰਦੇ ਹਾਂ ਵਿੱਚ ਹੀ ਦੱਬਦੇ ਕਦੇ ਗਲਤ ਨਹੀਂ ਜਾਣਗੇ ਹੁਣ ਨਹੀਂ ਕੁਛ ਨਹੀਂ ਹੁੰਦਾ ਆਲੂ ਵਧੀਆ ਨੇ ਸਾਰੇ ਚੱਲ ਆ ਜਿਹੜਾ ਗੁੱਲੀ ਡੰਡਾ ਜੇ ਤੂੰ ਬਚਾ ਤਾਂ ਰਹਿ ਗਿਆ ਆ ਗਈ ਮੋਟਰ ਹਨਾ ਇੱਧਰ ਉੱਥੇ ਦੇਖਦੇ ਹਾਂ ਕਿਹੜੀ ਦਵਾਈ ਆਪਣੀ ਕਿਹੜੀ ਪਾਉਣੀ ਆ ਉਹ ਬੇਲ ਰੋਕਣ ਵਾਲੀ ਆ ਆ ਪਈ ਆ ਆਹ ਤਿੰਨੇ ਚੀਜ਼ਾਂ ਪਾਈਆਂ ਨੇ ਕਿੱਲੇ ਦਾ ਸਮਾਨ ਆ ਕਿੱਲਾ ਹੀ ਰਹਿੰਦਾ ਸੀਗਾ ਕਰਨ ਵਾਲਾ ਖੜ ਜਾ ਇਹ ਕਿਹੜਾ ਹੈਗਾ ਕਿੱਲੇ ਦਾ ਸਮਾਨ ਚਮਤਕਾਰ 0050 ਦੋ ਕਿਲੋ M8 ਦਾ ਪੂਰਾ 600 ਗ੍ਰਾਮ ਦਾ ਜੀ ਅੱਛਾ ਠੀਕ ਆ ਅੱਧਾ ਲੀਟਰ ਆ ਚਮਤਕਾਰ ਆ ਕੀ ਲਿਖਿਆ M8 ਹਾਂ M8 M8 ਕਹਿ ਦਿੰਦੇ ਨੇ ਅੱਛਾ ਇਹ ਰੋਕ ਦੂ ਜਾਣੀ ਕਿ ਬੇਲ ਹਾਂ ਆ ਦੇ ਆ 0050 ਦੇ ਬੇਲ ਰੋਕ ਠੀਕ ਆ ਉਹ ਫਿਰ ਪੱਟੇ ਦਾ ਮਹੀਨੇ ਤੱਕ ਜਾਣਗੇ ਹਾਂ ਠੀਕ ਆ ਬੇਲ ਰੋਕ ਗਈ ਉਦੋਂ ਬਾਅਦ ਆਲੂ ਪੱਟਿਆ ਜਾਣਾ ਬਸ ਠੀਕ ਆ ਹੁਣ ਸਪਰੇਅ ਹੋ ਜੂ ਅੱਜ ਹੌਲੀ ਹੌਲੀ ਬੇਲ ਸੁੱਕਣੀ ਹੋ ਜੂਗੀ ਫਿਰ ਪੱਟੇ ਜਾਣਗੇ ਠੀਕ ਆ